ਇਹਨੇ ਧਾਰੇ 'ਚ ਇਹਨੇ ਜਾੜੇ 'ਚ ਇੱਕ ਮਾਨੂੰ ਇਕਲਾ ਗਾ ਕਰਦਾ, ਪ੍ਰੀਤ ਨਹੀਂ ਛੋੜਿਓ ਮਾਨੂੰ ਕੰਨੇ, ਮਾਨੂੰ ਕੇ ਸਮਝਾ ਕਰਦਾ। ਔਰ ਮਾਨੂੰ ਕੇ ਸਮਝਾਉਣੇ ਵਾਸਤੇ ਦੋਸਤੋ ਅਸੀਂ ਅੱਜ ਕੁਤੇ ਦੂਰ ਨਹੀਂ, ਜੰਮੂ ਦੇ ਬਿਲਕੁਲ ਨਜ਼ਦੀਕ ਸਾਡੇ ਉਧਮਪੁਰ ਜ਼ਿਲ੍ਹੇ ਦਾ ਪੰਚੈਰੀ ਖੇਤਰ ਹੈ, ਔਰ ਪੰਚੈਰੀ ਖੇਤਰ ਦੀ ਖੂਬਸੂਰਤੀ ਦੇਖੀਏ, ਅੱਜ ਮਨ ਇਹ ਗਦਗਦ ਹੋਆ ਕਰਦਾ ਕਿ ਅਸ ਲੋਕ ਜਾਂਦੇ ਹਾਂ ਭਾਈ, ਕੁਤੇ ਕੋਈ ਜਾਂਦਾ ਡਲਹੌਜ਼ੀ, ਕੋਈ ਜਾਂਦਾ ਮਨਾਲੀ, ਕੋਈ ਜਾਂਦਾ ਕੁੱਲੂ, ਅਤੇ ਕੋਈ ਆਖਦਾ ਕਸ਼ਮੀਰੇ ਜਾਣਾ। ਭਾਈ ਕਿਹੜੀ ਗੱਲਾਂ ਘੱਟ ਹੈ ਸਾਡਾ ਪੰਚੈਰੀ, ਅੱਜ ਤੁਸੀਂ ਦੇਖਿਆ ਕਰਦੇ ਹੋ। ਇਹ ਸਾਰਾ ਜਿਹੜਾ ਵੀਡੀਓ ਹੈ, ਇਹ ਖੂਬਸੂਰਤ ਇਲਾਕਾ ਤੁਹਾਨੂੰ ਪ੍ਰਯਾਗ ਫਿਲਮ ਦੇ ਉੱਪਰ ਮੈਂ ਪ੍ਰਯਾਸ ਕਰਿਆ ਕਰਨਾ, ਕਿਉਂਕਿ ਮੈਂ ਮੇਰਾ ਵਾਸਤਾ ਡੋਗਰੀ ਕੰਨੇ, ਔਰ ਇਹ ਚੈਨਲ ਜਿਹੜਾ ਇਹ ਵੀ ਡੋਗਰੀ ਦੇ ਵਿੱਚ ਫੋਕ ਜਿਹੜਾ ਤੁਹਾਡੇ ਤੱਕ ਪਹੁੰਚਾਉਂਦਾ। ਔਰ ਅੱਜ ਮੇਰੀ ਮੁਲਾਕਾਤ ਹੀਰਾਮਣੀ ਬਾਈ ਕੰਨੇ ਹੋਈ, ਅਤੇ ਹੀਰਾਮਣੀ ਬਾਈ ਹੁਣੇ ਕਿ ਮੈਂ ਵੀ ਸਪੋਰਟ ਕਰਾਉਣਾ, ਕਿਉਂਕਿ ਇਹਨੇ ਡੋਗਰੀ ਵਾਸਤੇ ਬੜਾ ਕੰਮ ਕੀਤਾ, ਔਰ ਡੋਗਰੀ ਫੋਕ ਗੀ ਤੁਹਾਡੇ ਤੱਕ ਪਹੁੰਚਾਉਣ ਦਾ, ਡਾਕੂਮੈਂਟਰੀ ਵੀ ਬਣਾਉਂਦੇ ਨੇ ਪਰ ਫੋਕ ਗੀ ਬੜਾ ਅੱਗੇ ਲਿਆਉਂਦੇ, ਜਿਹੜੇ ਪਹਾੜੀ ਗੀਤ ਨੇ, ਮੁਰਥਾਲੀ ਗੀਤ ਨੇ, ਗੀਤੜੂ ਨੇ, ਕੋਡਨ, ਇਹ ਸਾਰੇ ਨਾਚ ਤੁਹਾਡੇ ਤੱਕ ਪਹੁੰਚਾਉਂਦੇ ਨੇ। ਔਰ ਮੇਰਾ ਅੱਜ ਇਹਦੇ ਕੰਨੇ ਟਾਕਰਾ ਹੋਇਆ, ਅਤੇ ਮੈਂ ਵੀ ਕੋਸ਼ਿਸ਼ ਕੀਤੀ ਵੀ ਇਹਦੇ ਚੈਨਲ ਵਾਸਤੇ ਕੋਈ ਚੰਦ ਸ਼ਬਦ ਬੋਲਾਂ, ਔਰ ਇਹਦੇ ਵਾਸਤੇ ਵੀ ਬੋਲਾਂ, ਅਤੇ ਕੰਨੇ ਪੰਚਾਇਤੀ ਖੇਤਰ ਦਾ ਇਹ ਜਿਹੜਾ ਖੂਬਸੂਰਤ ਇਲਾਕਾ ਹੈ, ਇਸ ਖੂਬਸੂਰਤੀ ਦੇਖੀਏ ਅਤੇ ਮੇਰਾ ਮਨ ਗਦਗਦ ਹੋ ਜਾਂਦਾ। ਭਾਈ ਤੁਸੀਂ ਵੀ ਚਿਰ ਨਹੀਂ ਲਾਓ, ਕੋਈ ਜ਼ਰੂਰਤ ਨਹੀਂ, ਉਹ ਉੱਥੇ ਕਿਹਾ ਨਾ ਆਖਦੇ ਨੇ ਬਈ ਹਿਮਾਚਲ 'ਚ ਜਾਣਾ ਹੋਇਆ, ਜਿੱਥੇ 10 ਰੁਪਏ ਦੀ ਤੁਹਾਡੀ ਮਹਿੰਗੀ 100 ਰੁਪਏ ਦੀ ਦਿੰਦੇ ਨੇ, ਭਾਈ ਇੱਥੇ ਆਇਓ, ਇਹ ਲੋਕ ਬੜਾ ਕੁਛ ਬਣਾਉਂਦੇ ਨੇ, ਬੜਾ ਕੁਛ ਖਿਲਾਉਂਦੇ ਨੇ, ਸੇਵਾ ਵੀ ਸ਼ੈਲ ਕਰਦੇ, ਰੋਣੇ ਦੀ ਆਬੋ ਹਵਾ ਤੁਸੀਂ ਆਪੋ ਦੇਖੀ ਲਓ।